ਇਹ ਜੀ ਮਿੰਨੀ ਫੈਸਲ ਮਾਸਕ ਤੁਸੀਂ ਦੇਖ ਸਕਦੇ ਹੋ। ਅਸਲਾਮ ਅਲੈਕੁਮ ਦੋਸਤੋ, ਡੇਰਾ ਸੱਜਣਾ ਦੀ ਤਰਫੋਂ ਤੁਹਾਨੂੰ ਖੁਸ਼ਾਮਦੀਦ। ਜੀ ਆਇਆਂ ਨੂੰ ਸਦਾ ਹੱਸਦੇ ਰਹੋ ਅਤੇ ਵੱਸਦੇ ਰਹੋ, ਸਾਡਾ ਚੈਨਲ ਵੇਖਦੇ ਰਹੋ, ਚੰਗੇ ਚੰਗੇ ਕਮੈਂਟ ਕਰੋ ਤਾਂ ਕਿ ਅਸੀਂ ਤੁਹਾਨੂੰ ਨਗਰੀ ਨਗਰੀ ਦੇਸ਼ ਦੇਸ਼ ਜਾ ਕੇ ਅੱਛੀ ਅੱਛੀ ਵੀਡੀਓ ਬਣਾ ਕੇ ਵਿਖਾਈਏ। ਅਤੇ ਅੱਜ ਦੀ ਵੀਡੀਓ ਤੁਹਾਨੂੰ ਵਿਖਾਉਂਦੇ ਹਾਂ ਫੈਸਲ ਮਸਜਿਦ, ਪਾਕਿਸਤਾਨ ਦੀ ਸ਼ਾਨ ਜਾਨ, ਪਾਕਿਸਤਾਨ ਦਾ ਮਾਣ। ਫੈਸਲ ਮਸਜਿਦ ਹਰ ਬੰਦਾ ਜਾਣਦਾ, ਦੁਨੀਆ 'ਤੇ ਕਿਹੜਾ ਬੰਦਾ ਨਹੀਂ ਜਿਹੜਾ ਫੈਸਲ ਮਸਜਿਦ ਦਾ ਨਾਂ ਲਓ ਔਰ ਨਾ ਜਾਣਦਾ ਹੋਏ, ਕਿਉਂਕਿ ਪਾਕਿਸਤਾਨ ਦੀ ਇੱਕ ਅਲਾਮਤ ਬਣ ਚੁੱਕਿਆ ਹੈ। ਲੇਕਿਨ ਇਹ ਇੱਕ ਹੋਟਲ ਹੈ, ਪੈਟਰੋਲ ਪੰਪ ਹੈ। ਇੱਥੇ ਦੇ ਲੋਕਾਂ ਨੇ ਬੜੀ ਦਿਲਜੋਈ ਨਾਲ, ਬੜੇ ਪਿਆਰ ਨਾਲ, ਬੜੀ ਮੁਹੱਬਤ ਨਾਲ ਔਰ ਅਕੀਦਤ ਨਾਲ ਇਹ ਫੈਸਲ ਮਸਜਿਦ ਦਾ ਨਮੂਨਾ ਤਿਆਰ ਕੀਤਾ ਹੈ। ਸੇਮ ਉਸੇ ਤਰ੍ਹਾਂ ਚਾਰ ਉਸਦੇ ਮੀਨਾਰ ਨੇ ਉੱਪਰ, ਕਿਉਂਕਿ ਉਹਦੇ ਵਿੱਚ ਵੀ ਕਹਿੰਦੇ ਬੀਮ ਨਹੀਂ, ਪਿੱਲਰ ਨਹੀਂ ਹੈਗੇ, ਵਿੱਚ ਸਤੂਨ ਨਹੀਂ ਹੈਗੇ। ਫੈਸਲ ਮਸਜਿਦ ਇਹਦੇ ਅੰਦਰ ਵੀ ਜਾ ਕੇ ਵੇਖਾਂਗੇ ਕਿ ਆਇਆ ਇਹਦੇ ਵਿੱਚ ਸਤੂਨ ਹੈਗੇ ਨੇ ਜਾਂ ਨਹੀਂ ਹੈਗੇ, ਔਰ ਇਸ ਦਾ ਮੁਕੰਮਲ ਤੁਹਾਨੂੰ ਵਿਜ਼ਿਟ ਕਰਾਉਂਦੇ ਹਾਂ। ਜੁੜੇ ਰਹੋ ਸਾਡੀ ਵੀਡੀਓ ਨਾਲ ਔਰ ਸਾਨੂੰ ਅੱਛੇ ਅੱਛੇ ਕਮੈਂਟ ਕਰੋ। ਜਿਸ ਤਰ੍ਹਾਂ ਤੁਸੀਂ ਪਿਆਰ ਵਿਖਾ ਰਹੇ ਹੋ, ਇਸ ਤਰ੍ਹਾਂ ਸਾਨੂੰ ਪਿਆਰ ਵਿਖਾਉਂਦੇ ਰਹੋ। ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਇਨਸ਼ਾਅੱਲਾ ਤਾਲਾ ਅੱਲਾ ਤਾਲਾ ਖੈਰ ਕਰੇ, ਅਸੀਂ ਰੁਕਣ ਵਾਲੇ ਨਹੀਂ, ਅਸੀਂ ਅੱਗੇ ਚੱਲਦੇ ਰਹਾਂਗੇ, ਭਰਾਵਾਂ ਨੂੰ ਨਵੀਆਂ ਨਵੀਆਂ ਵੀਡੀਓ ਵਿਖਾਵਾਂਗੇ। ਚਲੋ ਇਹ ਦੇਖੋ, ਉਸ 'ਤੇ ਵੀ ਚਾਰ ਹੈਗੇ ਨੇ ਮੀਨਾਰ, ਇਸ 'ਤੇ ਵੀ ਚਾਰ ਨੇ, ਇੱਕ ਦੋ ਔਰ ਤਿੰਨ ਔਰ ਚਾਰ। ਅੱਗੇ ਜਾਂਦੇ ਹਾਂ, ਇਸ ਦੇ ਵਿੱਚ ਇਹਨਾਂ ਨੂੰ ਬਾਗ ਦਿੱਤਾ ਹੋਇਆ, ਬਹੁਤ ਖੂਬਸੂਰਤ ਗੁਲਾਬ ਦੇ ਫੁੱਲ ਲਗਾਏ ਨੇ, ਖਜੂਰ ਲਗਾਈ ਹੈ ਔਰ ਆਰਟੀਫਿਸ਼ਲ ਪੌਦੇ, ਮਤਲਬ ਕੋਈ ਇਸ ਤਰ੍ਹਾਂ ਦੇ ਤੁਸੀਂ ਕਹਿ ਸਕਦੇ ਹੋ। ਅਤੇ ਮਸਜਿਦ ਦੇ ਸਿਹਨ ਦੇ ਵਿੱਚ ਜਾਂਦੇ ਹਾਂ ਔਰ ਇਸ ਦਾ ਵਜ਼ੂ ਖਾਨਾ ਹੈ, ਬੰਦਾ ਮਾਸ਼ਾਅੱਲਾ ਸਫਾਈ ਕਰ ਰਿਹਾ। ਔਰ ਇਹ ਦੇਖੋ, ਇਹ ਖਿਦਮਤ ਗੁਜ਼ਾਰ ਹੈ, ਇਸ ਦੀਆਂ ਵਾਸ਼ਰੂਮ ਅੰਦਰਲੀ ਸਾਈਡ 'ਤੇ ਨੇ। ਔਰ ਇਹ ਦੇਖੋ, ਬਹੁਤ ਅੱਛਾ ਨਿਜ਼ਾਮ ਹੈ, ਆਸਾਨੀ ਨਾਲ ਬੈਠ ਕੇ ਤੁਸੀਂ ਵਜ਼ੂ ਕਰ ਸਕਦੇ ਹੋ। ਇਹ ਖਿਦਮਤ ਗੁਜ਼ਾਰ ਭਾਈ ਸਾਹਿਬ ਨੇ। ਔਰ ਇਹ ਦੇਖੋ, ਸੇਮ ਜਿਸ ਤਰ੍ਹਾਂ ਫੈਸਲ ਮਸਜਿਦ ਦਾ ਮੀਨਾਰ ਹੈ, ਉਸੇ ਤਰ੍ਹਾਂ ਇਸ ਦਾ ਮੀਨਾਰ ਹੈ। ਔਰ ਮਾਸ਼ਾਅੱਲਾ, ਅੱਛਾ ਜੀ, ਦੋਸਤ ਦੱਸ ਰਹੇ ਨੇ ਕਿ ਅੰਦਰ ਪਿੱਲਰ ਵੀ ਨਹੀਂ ਹੈਗਾ, ਕਿਆ ਕਹਿੰਦੇ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਔਰ ਇਹ ਬੰਦੇ ਦਾ ਹੋਟਲ ਹੈ। ਅਤੇ ਇਹ ਦੇਖੋ, ਹੁਣ ਇਹਦਾ ਮਿਹਰਾਬ ਜਿਹਨੂੰ ਕਹਿੰਦੇ ਆ ਮਸਜਿਦ ਸ਼ਰੀਫ ਦਾ, ਬਹੁਤ ਹੀ ਖੂਬਸੂਰਤ ਜੀ, ਬਹੁਤ ਹੀ ਖੂਬਸੂਰਤ, ਮਾਸ਼ਾਅੱਲਾ। ਅੱਲਾ ਇਸ ਨਜ਼ਰ ਅਜ਼ੀਮ ਦੇਵੇ। ਔਰ ਤੁਸੀਂ ਇਹ ਦੇਖੋ, ਪਰਦੇ ਅੱਛੇ ਲਗਾਏ ਹੋਏ, ਕਿਆ ਕਹਿੰਦੇ। ਔਰ ਇਹ ਦੇਖੋ, ਪੂਰੀ ਮਸਜਿਦ ਦੇ ਵਿੱਚ ਪਿੱਲਰ ਨਹੀਂ ਹੈ, ਜਿਤਨਾ ਸਿਹਨ ਬਣਾ ਸਕਦੇ ਸੀ ਉਹਨਾਂ ਨੇ ਸਿਹਨ ਬਣਾਇਆ। ਔਰ ਛੱਤ ਦੇਖੋ ਤੁਸੀਂ, ਛੱਤ ਰਾਊਂਡ ਅਬਾਊਟ, ਕਿਆ ਕਹਿੰਦੇ। ਬਹੁਤ ਚਾਹਤ ਨਾਲ ਬਣਾਈ ਹੈ ਜੀ। ਇਹਨਾਂ ਚੀਜ਼ਾਂ ਦਾ ਅਜਰ ਅੱਲਾ ਪਾਕ ਹੀ ਦੇ ਸਕਦਾ, ਅੱਲਾ ਦੀ ਇਬਾਦਤ ਕਰਨ ਲਈ ਲੋਕ ਬਣਾਉਂਦੇ ਨੇ। ਅਤੇ ਮਿੰਨੀ ਫੈਸਲ ਮਾਸਕ, ਇਸ ਤੋਂ ਬਾਅਦ ਅਗਲਾ ਚੈਨਲ ਤੁਹਾਨੂੰ ਦੱਸੀ ਮਿੰਨੀ ਯਾਦਗਾਰ ਵੀ ਦਿਖਾਵਾਂਗੇ, ਜਿਹਨੂੰ ਮੀਨਾਰੇ ਪਾਕਿਸਤਾਨ ਕਹਿੰਦੇ ਨੇ ਨਾ, ਛੋਟਾ ਮੀਨਾਰੇ ਪਾਕਿਸਤਾਨ। ਇੱਕ ਦੋ ਦਿਨ 'ਚ ਇਨਸ਼ਾਅੱਲਾ ਤਾਲਾ ਆਉਣ ਵਾਲੀ ਵੀਡੀਓ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਟਾਈਮ ਮਿਲਿਆ, ਅਸੀਂ ਤੁਹਾਨੂੰ ਛੋਟਾ ਮੀਨਾਰੇ ਪਾਕਿਸਤਾਨ ਵਿਖਾਵਾਂਗੇ। ਔਰ ਉਹ ਮੀਨਾਰੇ ਪਾਕਿਸਤਾਨ ਦੇ ਬੱਚੇ ਤੋਂ ਵੀ ਮਸ਼ਹੂਰ ਹੈ। ਇਹ ਦੇਖੋ, ਇਹਨਾਂ ਨੇ ਬੜੇ, ਮਤਲਬ ਮੈਂ ਤਾਂ ਪਹਿਲੀ ਦਫ਼ਾ ਦੇਖ ਰਿਹਾ ਕਿ ਇਹਨਾਂ ਨੇ ਕੀਤਾ ਹੋਇਆ, ਕਹਿ ਲਓ ਕਿ ਪੰਖੇ ਰਾਊਂਡ ਅਬਾਊਟ ਲਗਾਏ ਹੋਏ ਨੇ। ਇਹ ਦੇਖੋ, ਬਾਹਰ ਚੱਲਦੇ ਹਾਂ, ਬਾਹਰ ਤੁਹਾਨੂੰ ਦਿਖਾਉਂਦੇ ਹਾਂ ਬਾਹਰ ਦਾ ਇਹਦਾ ਕੀ ਨਿਜ਼ਾਮ ਹੈ, ਸਰਾਊਂਡਿੰਗ ਤੁਹਾਨੂੰ ਦਿਖਾਉਂਦੇ ਹਾਂ। ਇਹ ਦੇਖੋ, ਬਾਹਰਲੀ ਤਰਫੋਂ ਨਾ ਜਿਸ ਤਰ੍ਹਾਂ ਕਿ ਉਹ ਉਹਨਾਂ ਦਾ ਹੈਗਾ ਸੀ ਫੈਸਲ ਮਸਜਿਦ, ਦੇ ਸੇਮ ਹੀ ਨਕਸ਼ਾ ਇਹਨਾਂ ਨੇ ਬਣਾ ਛੱਡਿਆ। ਇਹ ਦੇਖੋ, ਕਿਤਨਾ ਅੱਛਾ ਗਾਰਡਨ ਬਣਾਇਆ, ਦੋਨੋਂ ਅਤਰਾਫ ਬੱਚੇ ਟਹਿਲਦੇ ਨੇ। ਔਰ ਇਹ ਦੇਖੋ, ਇਹ ਸੇਮ ਪਿੱਲਰ, ਸਿਰਫ ਨਕਸ਼ੇ ਦੀ ਕਾਪੀ ਦੇ ਲਈ ਕੂਲਰ ਲਗਾਏ ਹੋਏ ਨੇ ਪਾਣੀ ਦੇ ਲਈ। ਇਹ ਮਹਿਰਾਬ ਨੇ, ਇਹ ਦੇਖੋ ਬੱਚੇ ਆ ਜਾ ਰਹੇ, ਸਾਰਾ ਜਿਹੜਾ ਨਾ ਸੇਮ
नाना वाशरूम लहदा दिता होया, मेल्स वाशरूम लहदा दिता है, तीसरा पिलर सी और ए चौथा पिलर है। ठीक है जी। और मैं कहना जी लाजवाब करके फुल कॉपी कर दी उन्होंने फैसल मास्क की। तो देखो फैसल मस्जिद, फुल फैसल मस्जिद की कॉपी बना दी है। आउटसाइड व्यू तुम दिखा रहे हैं। और ये दरख्त जो बड़े हो जाएंगे खजूर वगैरह के, और क्या ग्रेस बनेगी इसकी। ये है जी मिनी फैसल मस्जिद, और बहुत शौक नाल बनाई है जिसने भी बनाई है। इसनों तुहानू विजिट करावांगे फुल इंशाअल्लाह ताला। जुड़े रहो साढ़े नाल।